ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਯਾਨੀ ਕਿ ਹੈਰੀ ਮੰਡੇਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ। ਵੈਸੇ ਇਹ ਚੈਨਲ ਫਿਟਨੈਸ ਦੇ ਬਾਰੇ ਆ, ਪਰ ਜਿਹੜੀ ਅੱਜ ਦੀ ਵੀਡੀਓ ਹੈ ਇਹ ਚਾਹੇ ਤੁਸੀਂ ਵੀਲੌਗ ਵੀਡੀਓ ਲਾ ਲਓ, ਚਾਹੇ ਤੁਸੀਂ ਜਿਵੇਂ ਵੀ ਲਾ ਲਓ, ਕਿਉਂਕਿ ਆਪਣੇ ਲਈ ਇਹ ਬਹੁਤ ਬੜੀ ਮਾਣ ਵਾਲੀ ਗੱਲ ਹੈ। ਕਿਉਂਕਿ ਮੈਂ ਖੜ੍ਹਾ ਅੱਜ ਵੈਨਕੂਵਰ ਸਿਟੀ ਦੇ ਸਰੀ ਸ਼ਹਿਰ ਦੇ ਵਿੱਚ, ਇੱਥੇ ਅੱਜ ਵਿਸਾਖੀ ਦਾ ਨਗਰ ਕੀਰਤਨ, ਇੱਕ ਬਹੁਤ ਬੜਾ ਵਿਸ਼ਾਲ ਨਗਰ ਕੀਰਤਨ ਨਿਕਲ ਜਾ ਰਿਹਾ, ਅਤੇ ਮੈਨੂੰ ਲੱਗਿਆ ਕਿ ਸਾਡੇ ਲਈ ਇੱਕ ਬਹੁਤ ਬੜੀ ਇਹ ਮਾਣ ਵਾਲੀ ਗੱਲ ਆ, ਸ਼ਾਇਦ ਮੈਨੂੰ ਗੱਲ ਕਰਨੀ ਚਾਹੀਦੀ ਇਸ ਦੇ ਬਾਰੇ। ਮੈਂ ਅੱਜ ਤੁਹਾਨੂੰ ਇਹ ਸਾਰੀ ਵੀਡੀਓ ਵਿੱਚ ਦਿਖਾਵਾਂਗੇ ਕਿ ਕਿਵੇਂ ਲੋਕ ਇੱਥੇ ਇੰਨੇ ਉਤਸ਼ਾਹ ਦੇ ਨਾਲ ਵਿਸ਼ਾਲ ਨਗਰ ਕੀਰਤਨ ਵਿੱਚ ਹਿੱਸਾ ਲੈਂਦੇ ਨੇ। ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਸਾਰੀਆਂ ਪਾਰਕਿੰਗਾਂ ਫੁੱਲ ਨੇ। ਸੋ ਇਸ ਨਗਰ ਕੀਰਤਨ ਦੀ ਸਭ ਤੋਂ ਬੜੀ ਗੱਲ ਇਹ ਆ ਕਿ ਇਹ ਦੁਨੀਆ ਦੇ ਵਿੱਚ ਜਾਣੀ ਜਿੰਨਾ ਵੀ ਸਿੱਖ ਧਰਮ ਆ, ਸਭ ਤੋਂ ਬੜਾ ਨਗਰ ਕੀਰਤਨ ਦੇ ਵਿੱਚ ਲੋਕ, ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਕੇ ਸ਼ਾਮਿਲ ਹੁੰਦੇ ਨੇ। ਤੁਸੀਂ ਯਕੀਨ ਨਹੀਂ ਕਰਨਾ, ਪਿਛਲੇ ਸਾਲ 5 ਜਾਂ 4 ਲੱਖ ਬੰਦਿਆਂ ਦਾ ਇੱਥੇ ਇਕੱਠ ਹੋਇਆ ਸੀ, ਇਸ ਵਾਰ ਕਹਿ ਰਹੇ ਨੇ ਕਿ 6 ਲੱਖ ਤੋਂ ਜ਼ਿਆਦਾ ਲੋਕ ਇੱਥੇ ਸ਼ਾਮਿਲ ਹੋ ਸਕਦੇ ਨੇ। ਅਤੇ ਜੋ ਸਿਟੀ ਦੇ ਪ੍ਰਬੰਧ ਨੇ ਉਹ ਬਹੁਤ ਹੀ ਵਧੀਆ ਕੀਤੇ ਗਏ ਨੇ। ਅੱਜ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦਿਖਾਵਾਂਗਾ ਕਿ ਕਿਵੇਂ ਕਿਵੇਂ ਇੱਥੇ ਪ੍ਰਬੰਧ ਨੇ, ਕਿੰਨੇ ਵਧੀਆ ਇੱਥੇ ਲੋਕ ਲੰਗਰ ਲਗਾ ਰਹੇ ਨੇ। ਬਹੁਤ ਦੂਰੋਂ ਦੂਰੋਂ ਲੋਕਾਂ ਨੇ ਇੱਥੇ ਆਉਣਾ, ਟੋਰਾਂਟੋ ਤੋਂ ਲੋਕ ਆ ਰਹੇ ਨੇ, USA ਤੋਂ ਲੋਕ ਇੱਥੇ ਆ ਰਹੇ ਨੇ, ਕੈਲਗਰੀ ਤੋਂ ਇੱਥੇ ਲੋਕ ਆ ਰਹੇ ਨੇ, 12-12 ਘੰਟੇ ਦੇ ਸਫ਼ਰ ਕੱਢ ਕੇ ਕਾਰ ਦੇ ਵਿੱਚ ਆਪਣੇ ਫੈਮਿਲੀ ਨੂੰ ਲੈ ਕੇ। ਸੋ ਇਹਦੇ ਨਾਲ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਜੋ ਸਾਡੇ ਗੁਰੂਆਂ ਨੇ ਕਹੀ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਸੱਚਮੁੱਚ ਅੱਜ ਖਾਲਸਾ ਰਾਜ ਕਰ ਰਿਹਾ ਹੈ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ, ਇੰਨਾ ਜ਼ਿਆਦਾ ਇਕੱਠ। ਸਰੀ ਦੀ 128 ਸਟਰੀਟ ਜੋ ਕਿ ਮੇਨ ਸਟਰੀਟ ਹੈ, ਕੱਲ੍ਹ ਤੋਂ ਹੀ ਬੰਦ ਹੈ, ਕੱਲ੍ਹ ਤੋਂ ਹੀ ਉਹ 'ਤੇ ਸਿਟੀ ਦੇ ਪ੍ਰਬੰਧ ਚੱਲ ਰਹੇ ਨੇ, ਉੱਥੇ ਬਾਥਰੂਮ ਵਗੈਰਾ ਲਗਾਏ ਗਏ ਨੇ, ਸਟਰੀਟ ਬੰਦ ਕਰੀ ਗਈ ਹੈ। ਤੁਸੀਂ ਯਕੀਨ ਨਹੀਂ ਕਰਨਾ, ਜੇ ਇਹ ਸਾਰਾ ਖਰਚ ਜੋ ਕਿ ਗੁਰਦੁਆਰਾ ਸਾਹਿਬ ਚੁਕਾਉਂਦੇ ਨੇ ਸਿਟੀ ਨੂੰ, ਕਿਉਂਕਿ ਬਹੁਤ ਸਾਰਾ ਖਰਚ ਆਉਂਦਾ, ਪੁਲਿਸ ਇੱਥੇ ਸਿਕਿਉਰਿਟੀ ਕਰਦੀ ਆ, ਸਾਰੀਆਂ ਸਟਰੀਟਾਂ ਅਤੇ ਕੁਛ ਐਵਨਿਊ ਬੰਦ ਕਰੇ ਗਏ ਨੇ ਕਾਫੀ ਇਕੱਠ ਕਰਕੇ। ਸੋ ਜਿੰਨੇ ਵੀ ਇਹ ਸਿਕਿਉਰਿਟੀ ਜਾਂ ਜਿੰਨਾ ਵੀ ਖਰਚਾ ਆਉਂਦਾ ਇਹ ਸਰੀ ਗੁਰਦੁਆਰਾ ਸਾਹਿਬ ਜਾਂ ਫਿਰ ਸਾਰੇ ਜੋ ਕਾਰ ਰੁਜ਼ਗਾਰ ਹੁੰਦੇ ਨੇ ਉਹਨਾਂ ਨੂੰ $3.5 ਲੱਖ ਪਿਛਲੇ ਸਾਲ ਪੇ ਕੀਤਾ ਸੀ, ਬਾਕੀ $2 ਲੱਖ ਦਾ ਗੁਰਦੁਆਰਾ ਸਾਹਿਬ ਨੂੰ ਚੜਾਵਾ ਚੜ੍ਹਿਆ ਸੀ ਪਿਛਲੇ ਸਾਲ। ਸੋ ਆਪਾਂ ਦੇਖ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਵਿਸ਼ਾਲ ਹੋਵੇਗਾ ਇਹ ਨਗਰ ਕੀਰਤਨ। ਆਪਣੇ ਇੰਨੇ ਲੋਕ ਅਤੇ ਆਪਣੀਆਂ ਜੋ ਕੁੜੀਆਂ ਨੇ, ਜੋ ਭੈਣਾਂ ਨੇ, ਜੋ ਉਹ ਬਹੁਤ ਵਧੀਆ ਸੋਹਣੇ ਸੋਹਣੇ ਸੂਟ ਪਾ ਕੇ ਜਦ ਬਾਹਰ ਨਿਕਲਦੀਆਂ ਨੇ ਤਾਂ ਗੋਰੀਆਂ ਦੇ ਮੂੰਹੋਂ ਵੀ ਇਹੀ ਸ਼ਬਦ ਨਿਕਲਦਾ ਕਿ ਸੋ ਬਿਊਟੀਫੁਲ। ਬਹੁਤ ਵਧੀਆ ਲੱਗਦਾ ਆਪਣੇ ਪੰਜਾਬੀ ਕੈਨੇਡਾ ਦੇ ਵਿੱਚ ਵੀ ਆ ਕੇ ਆਪਣੇ ਧਰਮ ਨਾਲ ਜੁੜੇ ਹੋਏ ਨੇ। ਚਲੋ ਦੇਖਦੇ ਹਾਂ ਸਰੀ ਦਾ ਵਿਸ਼ਾਲ ਨਗਰ ਕੀਰਤਨ। ਕਾਫੀ ਜ਼ਿਆਦਾ ਟ੍ਰੈਫਿਕ ਸੀ, ਹੁਣ ਤੁਸੀਂ ਦੇਖ ਰਹੇ ਹੋ ਕਿ ਲੋਕ ਜਾ ਰਹੇ ਨੇ, ਜਿੰਨੀਆਂ ਵੀ ਨੀਅਰ ਪਾਰਕ ਸੀ ਸਾਰੀਆਂ ਹੀ ਫੁੱਲ ਨੇ ਕਾਰਾਂ ਦੇ ਨਾਲ, ਕਾਫੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕ ਉੱਥੇ ਪਹੁੰਚੇ ਸੀ। ਅਤੇ ਇਹ ਸਵੇਰੇ ਸਵੇਰ ਦੀ ਜੋ ਕਲਿੱਪ ਨੇ ਇਹ ਜੋ ਮੈਂ ਤੁਹਾਨੂੰ ਇਸ ਵਕਤ ਦਿਖਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿ 8 ਜਾਂ 9 ਵਜੇ ਦਾ ਟਾਈਮ ਹੋਵੇਗਾ ਕਿ ਕਿੰਨਾ ਜ਼ਿਆਦਾ ਇਕੱਠ, ਕਿੰਨੀ ਜ਼ਿਆਦਾ ਭਾਰੀ ਸੰਖਿਆ ਦੇ ਵਿੱਚ ਲੋਕ ਜੁੜ ਚੁੱਕੇ ਨੇ ਸਰੀ ਦੇ ਵਿਸਾਖੀ ਨਗਰ ਕੀਰਤਨ 'ਤੇ। ਸੋ ਇਹ ਮਤਲਬ ਚੁਰਾਹਾ 4 ਸਾਈਡ ਨੂੰ ਇਹ ਸਟਰੀਟ ਕ੍ਰੋਸ ਹੁੰਦੀ ਹੈ ਅਤੇ ਚਾਰੋਂ ਪਾਸੇ ਨੂੰ ਜਿੱਧਰ ਨੂੰ ਵੀ ਦੇਖਦੇ ਸੀਗੇ ਕਾਫੀ ਜ਼ਿਆਦਾ ਇਕੱਠ ਸੀ, ਦੂਰ ਦੂਰ ਤੱਕ ਨਿਗਾਹ ਮਾਰਦੇ ਸੀ ਤਾਂ ਜੋ ਲੋਕ ਹੀ ਲੋਕ ਦਿਸ ਰਹੇ ਸੀ ਉੱਥੇ, ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਇੱਥੇ ਜਮ੍ਹਾਂ ਹੋਏ ਸੀ ਅਤੇ ਕਾਫੀ ਠੰਡ ਵੀ ਸੀ, ਹਵਾ ਵੀ ਚੱਲ ਰਹੀ ਸੀ, ਪਰ ਲੋਕਾਂ ਨੇ ਆਪਣੀ ਹਾਜ਼ਰੀ ਨਿਭਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਕਲਚਰ ਨੂੰ ਅਤੇ ਸਿੱਖੀ ਜੋ ਸਰੂਪ ਆ ਉਹਨਾਂ ਨੂੰ ਉਹ ਕਿੰਨਾ ਪਿਆਰ ਕਰਦੇ ਨੇ।
ਸੋ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਸ਼ਹਿਰ ਦੇ ਵਿੱਚ ਗਾਰਬੇਜ ਰੱਖੇ ਹੋਏ ਨੇ ਤਾਂ ਕਿ ਸਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗੰਦ ਨਾ ਪਵੇ, ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਇਹਨਾਂ ਦੀ ਕਮੇਟੀ ਨੇ ਇੱਥੇ ਗੰਦ ਪਾਇਆ। ਸੋ ਬਹੁਤ ਸੋਚ ਸਮਝ ਕੇ ਪ੍ਰਬੰਧ ਕੀਤੇ ਗਏ ਸੀ। ਅੱਗੇ ਤੁਸੀਂ ਦੇਖ ਰਹੇ ਹੋਵੋਗੇ ਕਿ ਥਾਂ ਥਾਂ ਦੇ ਉੱਤੇ ਬਾਥਰੂਮਾਂ ਦਾ ਪ੍ਰਬੰਧ ਸੀ ਤਾਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸੋ ਇਹ ਪ੍ਰਬੰਧ ਦੇਖ ਕੇ ਬਹੁਤ ਦਿਲ ਖੁਸ਼ ਹੋਇਆ। ਸੋ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਲੋਕਾਂ ਨੇ ਆਨੰਦ ਲਿਆ। ਬਰੋਕਲੀ ਹੈਲਦੀ ਫੂਡ ਵਗੈਰਾ ਵੀ ਸੀ, ਸੈਲਡ ਵੀ ਸੀ, ਛੋਲੇ ਪੂਰੀਆਂ ਵੀ ਸੀ। ਸੋ ਲੋਕਾਂ ਨੇ ਮਨ ਭਾਉਂਦੇ ਲੰਗਰ ਦਾ ਸਵਾਦ ਲਿਆ। ਛੋਟੇ ਛੋਟੇ ਬੱਚਿਆਂ ਨੂੰ ਵੀ ਉਹਨਾਂ ਦੇ ਮਨਪਸੰਦ ਦੇ ਚਿਪਸ ਵਗੈਰਾ ਜੋ ਉਹਨਾਂ ਨੂੰ ਪਸੰਦ ਨੇ, ਚੌਕਲੇਟ ਵਗੈਰਾ ਵੀ ਸਭ ਕੁਛ ਸੀ। ਖਾਲਿਸਤਾਨ ਟੀਵੀ, ਸੋ ਇਹਨਾਂ ਦੇ ਵੀ ਵਿਚਾਰ ਸੁਣ ਕੇ ਇੱਕ ਖੂਨ ਬਹੁਤ ਜ਼ਿਆਦਾ ਖੌਲਦਾ ਹੈ। ਸੋ ਬਹੁਤ ਵਧੀਆ ਇਹਨਾਂ ਦੇ ਵੀ ਵਿਚਾਰ ਸੁਣਨ ਨੂੰ ਮਿਲੇ। ਸੋ ਸਿੱਖਾਂ ਦੇ ਮੁੰਡਿਆਂ ਦੇ ਸਰਦਾਰਾਂ ਦੇ ਵੱਡੇ ਵੱਡੇ ਮੋਟਰਸਾਈਕਲ ਦੇਖਣ ਨੂੰ ਮਿਲੇ। ਸ਼ੌਕ ਨੇ ਇਹਨਾਂ ਦੇ ਹੈਲਮਟ ਦਾ ਚੱਲ ਰਿਹਾ ਸੀ ਕਿ ਹੈਲਮਟ ਨਹੀਂ ਪਾਉਣ ਦੇਣਾ, ਪਰ ਇਹਨਾਂ ਨੇ ਗੌਰਮੈਂਟ ਤੋਂ ਅਪਰੂਵ ਕਰਾਇਆ ਕਿ ਅਸੀਂ ਪੱਗ ਬੰਨ੍ਹ ਕੇ ਵੀ ਵੱਡੇ ਵੱਡੇ ਮੋਟਰਸਾਈਕਲ ਚਲਾ ਸਕਦੇ ਹਾਂ। ਸੋ ਸੋਹਣਾ ਸਾ ਟਰੈਕਟਰ ਸਜਾਇਆ ਹੋਇਆ, ਬੱਚਿਆਂ ਨੇ ਇਹਨਾਂ ਨਾਲ ਫੋਟੋ ਖਿਚਾਈਆਂ। ਸੋ ਪੁਲਿਸ ਦੇ ਤਾਂ ਬਹੁਤ ਜ਼ਿਆਦਾ ਪ੍ਰਬੰਧ ਸੀ, ਜਿਵੇਂ ਕਿ ਮੈਂ ਦੱਸਿਆ ਕਿ 5 ਲੱਖ ਬੰਦੇ ਥੋੜ੍ਹੇ ਨਹੀਂ ਹੁੰਦੇ। ਸੋ ਉਨੀ ਹੀ ਨਿਗਰਾਨੀ ਪੁਲਿਸ ਰੱਖ ਲਈ ਸੀ, ਉੱਪਰੋਂ ਜਹਾਜ਼ ਰਾਹੀਂ ਅਤੇ ਥੱਲੇ ਵੀ ਕਾਫੀ ਜ਼ਿਆਦਾ ਪੁਲਿਸ ਸੀ। ਅਤੇ ਬਾਕੀ ਬ੍ਰਾਂਡਾਂ ਵਾਲਿਆਂ ਨੇ ਆਪਣੇ ਐਡਵਰਟਾਈਜਮੈਂਟ ਵੀ ਕੀਤੀ, ਉੱਪਰ ਲਿਖਿਆ ਆ ਰਿਹਾ ਸੀ ਤੁਹਾਡੇ ਸਾਹਮਣੇ ਪਲੇਨ ਦੇ ਵਿੱਚ ਬੱਬੂ ਮਾਨ ਦਾ ਸ਼ੋਅ। ਸੋ ਆਪਦੀਆਂ ਬ੍ਰਾਂਡਾਂ ਦੇ ਇਹਨਾਂ ਨੇ ਐਡ ਕੀਤੀ ਪਲੇਨ ਦੇ ਰਾਹੀਂ। ਸੋ ਪੁਲਿਸ ਦੇ ਹੈਲੀਕਾਪਟਰ ਉੱਪਰ ਘੁੰਮਦੇ ਰਹੇ ਅਤੇ ਗੋਰੇ ਗੋਰੀਆਂ ਵੀ ਇਹ ਦੇਖਣ ਆਏ ਸਨ ਕਿ ਇੰਨਾ ਜ਼ਿਆਦਾ ਇਕੱਠ ਕਿ ਅਸੀਂ ਵੀ ਦੇਖਣਾ ਕਿ ਕਿੱਦਾਂ ਕਿਵੇਂ ਹੋ ਸਕਦਾ। ਸੋ ਲੋਕਾਂ ਨੇ ਆਪਣੇ ਆਪਣੇ ਪਿਆਰੇ ਡੌਗੀ ਵੀ ਆਪਣੇ ਆਪਣੇ ਨਾਲ ਰੱਖੇ, ਤਰ੍ਹਾਂ ਤਰ੍ਹਾਂ ਦੀਆਂ ਨਸਲਾਂ। ਸੋ ਪੁਲਿਸਮੈਨ ਪੂਰਾ ਜੋ ਇਹਨਾਂ ਨੇ ਪਹਿਰਾ ਦਿੱਤਾ, ਪੂਰੀ ਲੋਕਾਂ ਦੀ ਸੇਫਟੀ ਦਾ ਧਿਆਨ ਰੱਖਿਆ ਕਿ ਤਾਂ ਕਿ ਕੋਈ ਵੀ ਸ਼ਰਾਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰ ਸਕੇ। ਅਤੇ ਹਰ ਇੱਕ ਮੈਨੂੰ ਦੇਖ ਕੇ ਬੜਾ ਹੀ ਜ਼ਿਆਦਾ ਵਧੀਆ ਲੱਗਿਆ। ਕੋਈ ਗੋਰੇ ਬਾਬਾ ਜੀ ਨੇ ਇੰਗਲਿਸ਼ ਦੇ ਵਿੱਚ ਉਹ ਕੁਛ ਆਪਣੇ ਗੁਰਬਾਣੀ ਦੇ ਬਾਰੇ ਲੋਕਾਂ ਨੂੰ ਟਿਪਸ ਦੇ ਰਹੇ ਸੀ, ਬੜਾ ਚੰਗਾ ਲੱਗਿਆ ਕਿ ਇੰਗਲਿਸ਼ ਦੇ ਵਿੱਚ ਵੀ ਉਹਨਾਂ ਨੇ ਦੱਸਿਆ। ਸੋ ਕਿਤੇ ਮਿੱਠਾ, ਕਿਤੇ ਕੁਛ, ਕਿਤੇ ਨਮਕੀਨ, ਜਲੇਬੀਆਂ, ਸ਼ਾਇਦ ਹੀ ਕੋਈ ਐਸੀ ਚੀਜ਼ ਹੋਵੇਗੀ ਜੋ ਮੈਂ ਸ਼ਾਇਦ ਕੁਛ ਰਿਕਾਰਡ ਕਰਨਾ ਸ਼ਾਇਦ ਭੁੱਲ ਗਿਆ ਹੋਵਾਂ, ਪਰ ਸਾਰੇ ਲੰਗਰਾਂ ਦੇ ਵਿੱਚ ਮੇਰੇ ਤੋਂ ਜਾ ਨਹੀਂ ਹੋਇਆ। ਸੋ ਢਾਡੀ ਜਥੇ ਦਾ ਆਨੰਦ ਵੀ ਬਹੁਤ ਲੋਕਾਂ ਨੇ ਮਾਣਿਆ, ਬਹੁਤ ਵਧੀਆ ਸੁਰੀਲੇ ਢਾਡੀ ਸਨ ਉੱਥੇ, ਕਹਿੰਦੇ ਖਾਂਦੇ ਢਾਡੀਆਂ ਨੂੰ ਸੱਦਾ ਦਿੱਤਾ ਗਿਆ ਸੀ। ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਇਕੱਠ
ਜਿੱਧਰ ਨੂੰ ਵੀ ਕੈਮਰਾ ਮੈਂ ਕਰਦਾ ਸੀ ਮੈਨੂੰ ਲੋਕ ਹੀ ਲੋਕ ਦਿਖਾਈ ਦੇ ਰਹੇ ਸੀ। ਅਤੇ ਆਹ ਦੇਖੋ ਤਿੰਨ ਬੀਵੀ ਇੱਕ ਬੰਦੇ ਨੇ ਉਠਾ ਰੱਖੇ ਸੀ। ਕਹਿੰਦੇ ਨੇ ਜੀ ਸਾਤੋਂ ਇੱਕ ਨਹੀਂ ਸਾਂਭਦਾ, ਇਹ ਸਰਦਾਰ ਜੀ ਤਿੰਨ ਸਾਂਭੀ ਜਾ ਰਹੇ ਸੀ। ਸੋ ਇਹ 7 ਫੁੱਟ ਦਾ ਗੋਰਾ ਸੀ, ਇਹਦੇ ਨਾਲ ਫੋਟੋ ਖਿਚਾਉਣੀ ਬੜੀ ਔਖੀ ਸੀ ਪਰ ਮੈਂ ਖਿਚਾਈ। ਹਾਂਜੀ ਆਓ, 7-7 ਮੀਟਰ ਦੀਆਂ ਪੱਗਾਂ ਫਰੀ ਬੰਨਦੇ ਸੀ ਸਾਰਿਆਂ ਦੇ ਜਿੰਨੇ ਨਹੀਂ ਬਣਾਉਣੀਆਂ ਨੇ। ਮਿੰਨੀ ਐਂਬੂਲੈਂਸ ਵੀ ਵਗੈਰਾ ਉੱਥੇ ਬਹੁਤ ਫਿਰ ਰਹੀਆਂ ਸੀ, ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਤਾਂ ਇਹ ਉਹਦੇ ਵਿੱਚ ਲੈ ਕੇ ਜਾਂਦੇ ਸੀ। ਇੱਕ ਬਹੁਤ ਹੀ ਵਧੀਆ ਉਪਰਾਲਾ ਸੀ, ਬਹੁਤ ਜ਼ਿਆਦਾ ਵਧੀਆ ਪ੍ਰਬੰਧ ਸੀ। ਚਾਹ ਦਾ ਆਨੰਦ ਮਾਣਦੇ ਹੋਏ ਲੋਕ। ਸੋ ਹੁਣ ਜੋ ਕਿ ਇਸ ਵਿਸਾਖੀ ਦੇ ਨਗਰ ਕੀਰਤਨ ਦਾ ਪੂਰਾ ਜਾਣੀ 2-3 ਜਾਂ 4 ਵਜੇ ਦਾ ਟਾਈਮ ਹੋਵੇਗਾ ਕਿ ਜੋ ਕਿ ਇਕੱਠ ਪੂਰਾ ਜ਼ੋਰਾਂ 'ਤੇ ਪਹੁੰਚਿਆ ਹੁੰਦਾ। ਸੋ ਮੈਂ ਤੁਹਾਨੂੰ ਫਿਰ ਦਿਖਾ ਰਿਹਾ ਕਿ ਦੇਖ ਸਕਦੇ ਹੋ ਤੁਸੀਂ, ਜਿੰਨਾ ਮਰਜ਼ੀ ਜ਼ੂਮ ਕਰ ਲਓ ਤੁਹਾਨੂੰ ਲੋਕਾਂ ਦੇ ਇਲਾਵਾ ਕੁਛ ਨਹੀਂ ਦਿਖੇਗਾ। ਗੋਰਿਆਂ ਨੇ ਵੀ ਕਾਫੀ ਪਿਕਚਰ ਵਗੈਰਾ ਲਈਆਂ। ਸੋ ਜਿਨ੍ਹਾਂ ਤੋਂ ਨਹੀਂ ਵੀ ਤੁਰਿਆ ਜਾਂਦਾ ਸੀ ਬੀਬੀਆਂ ਵੀ, ਉਹ ਵੀ ਇੱਥੇ ਉਹਨਾਂ ਨੇ ਵੀ ਇਸ ਨਗਰ ਕੀਰਤਨ 'ਚ ਹਿੱਸਾ ਲਿਆ। ਸੋ ਤੁਸੀਂ ਦੇਖ ਰਹੇ ਹੋ ਕਿ ਪ੍ਰਬੰਧ ਕਿੰਨੇ ਜ਼ਿਆਦਾ ਤਕੜੇ ਸੀ, ਐਂਬੂਲੈਂਸ ਵਗੈਰਾ ਬਹੁਤ ਸੀ, ਪੁਲਿਸ ਦੀਆਂ ਗੱਡੀਆਂ ਬਹੁਤ ਜ਼ਿਆਦਾ ਸਨ ਇੱਥੇ, ਅਤੇ ਕੈਮਰੇ ਵਗੈਰਾ ਬਹੁਤ ਜ਼ਿਆਦਾ ਲਗਾਏ ਗਏ ਸੀ। ਬੜਾ ਕੈਮਰਾ ਇੱਕ ਜੋ ਪੁਲਿਸ ਦੀ ਗੱਡੀ ਦੇ ਉੱਪਰ ਨਗਰ ਕੀਰਤਨ ਵੱਲ ਨੂੰ ਸਿੱਧਾ ਲਗਾਇਆ ਗਿਆ ਸੀ। ਉੱਪਰ ਜੋ ਆਪਣੇ ਵਿਆਹ ਦੇ ਵਿੱਚ ਵੀ ਮੂਵੀ ਬਣਾਉਂਦੇ ਨੇ ਉੱਦਾਂ ਦੇ ਕੈਮਰੇ ਵੀ ਇਹਨਾਂ ਨੇ ਕਾਫੀ ਉੱਪਰ ਲਗਾਏ ਹੋਏ ਸੀ। ਫਿਰ ਅਸੀਂ ਉੱਪਰ ਕੇ ਸਾਰੇ ਇਕੱਠ 'ਤੇ ਨਜ਼ਰ ਰੱਖੀ ਜਾ ਸਕੇ ਜਿੰਨਾ ਵੀ ਹੋ ਸਕੇ। ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ। ਬਹੁਤ ਲੋਕਾਂ ਨੇ ਤੁਰ ਫਿਰ ਕੇ ਮੇਲਾ ਦੇਖਿਆ, ਪਰ ਬਹੁਤ ਜ਼ਿਆਦਾ ਲੋਕ ਜੋ ਕਿ ਇੰਟਰਸਟ ਰੱਖਦੇ ਨੇ ਸੁਣਨ ਨੂੰ, ਉਹਨਾਂ ਨੇ ਢਾਡੀ ਜਥਾ ਸੁਣਿਆ, ਲੋਕਾਂ ਦੇ ਵਿਚਾਰ ਸੁਣੇ, ਉਹਨਾਂ ਦੀਆਂ ਗੱਲਾਂ ਸੁਣੀਆਂ, ਜੋ ਬਾਬਾ ਜੀ ਜੋ ਵੀ ਸੱਦੇ ਹੋਏ ਸੀ ਉਹਨਾਂ ਦੀਆਂ ਸਾਰਿਆਂ ਦੀਆਂ ਜੋ ਵਿਚਾਰ ਸੀ ਉਹਨਾਂ ਦਾ ਆਨੰਦ ਮਾਣਿਆ। ਅਤੇ ਹੁਣ ਅੱਗੇ ਵੱਧਦੇ ਹਾਂ ਜਿਸ ਚੀਜ਼ ਦਾ ਸਾਰੀ ਸੰਗਤ ਨੂੰ ਇੰਤਜ਼ਾਰ ਸੀ। ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਆ ਰਹੇ ਨੇ ਅੱਗੇ। ਸੋ ਇਹ ਕਵਰੇਜ ਵਾਲੇ ਕੈਮਰਾ ਜੋ ਕਿ ਸਾਰਾ ਕਵਰੇਜ ਲਾਈਵ ਚਲਾ ਰਹੇ ਸੀ, ਕੋਈ ਚੈਨਲ ਵਾਲੇ ਆ ਰਹੇ ਨੇ, ਚੈਨਲ ਪੰਜਾਬੀ। ਆਲ ਵਰਲਡ ਕਵਰੇਜ ਹੋ ਰਹੀ ਸੀ, ਸਾਰੇ ਕਿਤੇ ਚੱਲ ਰਿਹਾ ਸੀ, ਜੋ ਵੀ ਲਾਈਵ 'ਚ ਸਟ੍ਰੀਮ ਹੋ ਰਹੀ ਸੀ, ਜੋ ਉਹ ਟੀ ਵੀ ਦੇ ਉੱਤੇ ਲਾਈਵ ਚੱਲ ਰਹੀ ਸੀ ਫੁੱਲ ਐਚ ਡੀ ਦੇ ਵਿੱਚ। ਸੋ ਬਹੁਤ ਤਕੜੇ ਪ੍ਰਬੰਧ ਕੀਤੇ ਗਏ ਨੇ।
ਲੋਕਾਂ ਨੇ ਆਪਣੇ ਫੋਨਾਂ ਦੇ ਵਿੱਚ ਵੀ ਰਿਕਾਰਡ ਕਰਿਆ, ਪਿਕਚਰ ਵਗੈਰਾ ਲਈਆਂ, ਜਵਾਕਾਂ ਨੇ ਫਨ ਕਰਿਆ, ਸਿਆਣਿਆਂ ਦੀ ਰੂਹ ਖੁਸ਼ ਹੋਈ। ਚਾਹੇ ਕੋਈ ਕਿਤੇ ਵੀ ਫੋਟੋ ਕਰਾਵੇ, ਕਿਤੇ ਵੀ ਕੋਈ ਕੁਛ ਕਰਾਵੇ, ਕਿਸੇ ਨੇ ਵੀ ਕਿਸੇ ਨੂੰ ਨਹੀਂ ਟੋਕਿਆ। ਸਾਰਿਆਂ ਨੇ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਪੇਸ਼ ਆਏ, ਸਾਰੇ ਬੜਾ ਵਧੀਆ ਲੱਗਿਆ ਤੇ ਮਾਣ ਮਹਿਸੂਸ ਹੁੰਦਾ ਕਿ ਕੈਨੇਡਾ ਦੇ ਵਿੱਚ ਵੀ ਇੰਨੀ ਜ਼ਿਆਦਾ ਇਕੱਠ ਦੇ ਵਿੱਚ ਜਦ ਕੋਈ ਪੰਜਾਬੀ ਕੋਈ ਵੀ ਆਪਣਾ ਪ੍ਰੋਗਰਾਮ ਜਾਂ ਕੋਈ ਵੀ ਆਪਣਾ ਫੈਸਟੀਵਲ ਮਨਾ ਰਹੇ ਨੇ, ਤਾਂ ਜੋ ਕਿ ਗੋਰਿਆਂ ਨੂੰ ਵੀ ਜਾਂ ਫਿਰ ਗੌਰਮੈਂਟ ਨੂੰ ਵੀ ਪਤਾ ਲੱਗਦਾ ਕਿ ਇਹਨਾਂ ਦਾ ਬਹੁਤ ਜ਼ਿਆਦਾ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਆ, ਆਪਸ ਦੇ ਵਿੱਚ ਬਹੁਤ ਜ਼ਿਆਦਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਕਾਫੀ ਇਹਨਾਂ ਲੋਕਾਂ 'ਚ, ਜੋ ਕਿ ਇਕੱਠੇ ਰਹਿਣ ਦੀ ਪਾਵਰ ਹੈ। ਸੋ ਬਹੁਤ ਇੱਕ ਵੱਡਾ ਅਸਰ ਪੈਂਦਾ ਇਸ ਚੀਜ਼ ਦਾ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਗੱਲ ਇੱਥੇ ਢੁੱਕਦੀ ਹੈ ਕਿ ਕਿਸੇ ਦੂਜੇ ਮੁਲਕ ਦੇ ਵਿੱਚ ਜਾ ਕੇ ਵੀ ਰਿਕਾਰਡ ਤੋੜ ਇਕੱਠ ਕਰਨਾ ਅਤੇ ਪੁਲਿਸ, ਕੈਨੇਡੀਅਨ ਪੁਲਿਸ ਉਹਨਾਂ ਦੀ ਰਾਖੀ ਕਰ ਰਹੀ ਆ, ਅਤੇ ਕੈਨੇਡੀਅਨ ਪੁਲਿਸ ਦੇ ਵਿੱਚ ਜੋ ਕਿ ਪੰਜਾਬੀ ਅਫਸਰ ਬਹੁਤ ਜ਼ਿਆਦਾ ਸਨ, ਜੋ ਕਿ ਇੱਕ ਬਹੁਤ ਬੜੀ ਮਾਣ ਵਾਲੀ ਗੱਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡੀਅਨ ਨੂੰ ਹੁਣ ਪੰਜਾਬੀ ਜਾਂ ਸਿੱਖਾਂ 'ਤੇ ਕਿੰਨਾ ਜ਼ਿਆਦਾ ਯਕੀਨ ਹੈ, ਤਾਂ ਕਿ ਉਹ ਵੱਧ ਤੋਂ ਵੱਧ ਜੋ ਕਿ ਪੁਲਿਸ ਦੇ ਆਫਿਸਰ ਨੇ ਉਹ ਪੰਜਾਬੀਆਂ ਨੂੰ ਪੁਲਿਸ ਦੇ ਵਿੱਚ ਲੈ ਰਹੇ ਨੇ। ਸੋ ਜੇ ਯਕੀਨ ਕਰਦੇ ਨੇ ਤਾਂ ਇੱਦਾਂ ਹੋ ਰਿਹਾ। ਸੋ ਬੜਾ ਵਧੀਆ ਲੱਗਿਆ, ਸਭ ਨੇ ਦਰਸ਼ਨ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੇ, ਸਭ ਨੂੰ ਇੱਦਾਂ ਸੀ ਕਿ ਸਾਡੇ ਦਰਸ਼ਨ ਹੁਣ, ਅਸੀਂ ਪ੍ਰਸ਼ਾਦ ਲਈਏ। ਸੋ ਮੈਂ ਵੀ ਲਿਆ, ਕਰਮਾਂ ਵਾਲੇ ਸਮਝੇ ਅਸੀਂ ਆਪਣੇ ਆਪ ਨੂੰ ਕਿ ਗੁਰੂ ਜੀ ਦੇ ਦਰਸ਼ਨ ਸਾਨੂੰ ਹੋਏ। ਅਤੇ ਦਸ਼ਮੇਸ਼ ਸਕੂਲ ਵਧੀਆ ਸਕੂਲ ਹੈ, ਪੰਜਾਬੀ ਸਿਖਾਉਂਦੇ ਨੇ ਜਵਾਕਾਂ ਨੂੰ, ਬਹੁਤ ਇੱਕ ਵਧੀਆ ਉਪਰਾਲਾ ਕਰ ਰਹੇ ਨੇ। ਕਾਫੀ ਜ਼ਿਆਦਾ ਬੱਚੇ ਇਹਨਾਂ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਗੱਤਕਾ ਸਿਖਾਉਂਦੇ ਨੇ, ਉਹਨਾਂ ਨੂੰ ਪਾਠ ਸਿਖਾਉਂਦੇ ਨੇ, ਉਹਨਾਂ ਨੂੰ ਪੰਜਾਬੀ ਬੋਲਣੀ ਸਿਖਾਉਂਦੇ ਨੇ, ਜੋ ਕਿ ਬਾਹਰਲੇ ਜੋ ਮੁਲਕ ਦੇ ਵਿੱਚ ਬਹੁਤ ਇੱਕ ਜ਼ਰੂਰੀ ਚੀਜ਼ ਹੈ। ਕੀਤੀ ਜਾਵੇ ਅੱਜ ਸਾਡੇ ਕੋਲੋਂ ਜੋ ਵੀ ਤਹਿਫਲ ਸਰਦਾ, ਆਓ ਇਹਦੇ ਵਿੱਚ ਆਪਣਾ ਹਿੱਸਾ ਬਣਾ ਕੇ ਇਹਨਾਂ ਲੋੜਵੰਦ ਜਲੂਮ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦੇਈਏ। ਜੇ ਜਿਹੜਾ ਸੋਚੋ ਸੀ ਜਿਹਨਾਂ ਵੀ ਪੁਲਿਸ ਸੀ ਜਾਂਦੇ ਸੀ।
ਸੀ ਤੁਹਾਡੇ ਲਈ। ਵਾਹਿਗੁਰੂ।